It's not a game. It's a rich thing. ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਹੈ ਤੁਹਾਡਾ ਮੇਰਾ ਇਸ ਯੂਟਿਊਬ ਚੈਨਲ ਵਿੱਚ। ਅੱਜ ਤੁਹਾਨੂੰ ਅਸੀਂ ਕਿਸੇ ਯੂਜ਼ਡ ਕਾਰ ਡੀਲਰਸ਼ਿਪ 'ਤੇ ਨਹੀਂ ਲੈ ਕੇ ਜਾਣਾ। ਅੱਜ ਤੁਹਾਨੂੰ ਅਸੀਂ ਇੱਕ ਐਗਜ਼ੀਬਿਸ਼ਨ ਦਿਖਾਵਾਂਗੇ, ਇੱਕ ਐਗਜ਼ੀਬਿਸ਼ਨ ਹੈ ਆਰ ਵੀ ਵੈਨਸ ਦੀ, ਜਿਹੜੀਆਂ ਆਰ ਵੀ ਵੈਨਸ ਹੁੰਦੀਆਂ ਜਿਵੇਂ ਇੱਦਾਂ ਦੀਆਂ। ਇਹਨਾਂ ਦੀ ਐਗਜ਼ੀਬਿਸ਼ਨ ਹੈ, ਡਿਫਰੈਂਟ ਬ੍ਰਾਂਡਸ ਨੇ ਆਪਣੀ ਆਰ ਵੀਜ਼ ਲਾਂਚ ਕਰਨੀਆਂ 2023 ਦੀਆਂ, ਅਤੇ ਇਹ ਹਰੇਕ ਸਾਲ ਈਵੈਂਟ ਹੁੰਦਾ, ਇਹ ਸਮਰ ਤੋਂ ਪਹਿਲਾਂ ਹੁੰਦਾ ਇਹ, ਅਤੇ ਕਰੀਬ 10 ਤੋਂ 12 ਬ੍ਰਾਂਡਸ ਹੁੰਦੇ ਆ ਜਿਨ੍ਹਾਂ ਨੇ ਆਪਣੀ ਆਰ ਵੀਜ਼ ਲਾਂਚ ਕਰਨੀਆਂ, ਅਤੇ ਬਸ ਉਹੀ ਅੱਜ ਤੁਹਾਨੂੰ ਦਿਖਾਵਾਂਗੇ ਸਾਰੀਆਂ। ਸੋ ਚਲੋ ਜੀ, ਚੱਲਦੇ ਹਾਂ ਫਿਰ ਉੱਥੇ। ਸੋ ਹਾਂਜੀ, ਆਪਣੀ ਪਹਿਲੀ ਆਰ ਵੀ ਹੈਗੀ ਆ ਸੈਲਮੈਨ ਦੀ, ਅਤੇ ਇਹਦੇ ਬਾਹਰਲੇ ਪਾਸੇ ਵੀ ਇੱਕ ਸਿੰਕ ਅਤੇ ਇੱਕ ਫਰਿੱਜ ਦਿੱਤੀ ਹੋਈ ਇਹਨਾਂ ਨੇ। ਆਹ ਵਾਲਾ ਸਾਰਾ ਪਾਰਟ ਇਹਦਾ ਬਾਹਰ ਨੂੰ ਆ ਜਾਂਦਾ, ਅਤੇ ਆਹ ਛੋਟੇ ਛੋਟੇ ਸਪੀਕਰ ਨੇ ਇਹਦੇ, ਚਾਰੋਂ ਸਾਈਡ 'ਤੇ ਸਪੀਕਰ ਲੱਗੇ ਛੋਟੇ ਛੋਟੇ। ਸੈਲਮੈਨ ਬ੍ਰਾਂਡ ਦੀ ਹੈ। ਆਹ ਸਟੋਰੇਜ ਯੂਨਿਟ ਹੈ ਅੱਗੇ ਵਾਲਾ, ਅਤੇ ਇਹਦੇ ਵਿੱਚ ਸੋਲਰ ਪੈਨਲਸ, ਬੈਕ ਕੈਮਰਾ, ਸਾਰਾ ਕੁਛ ਆ, ਚਾਰਜਿੰਗ ਪੋਰਟਸ, ਐਵਰੀਵੇ। ਸੋ ਹਾਂਜੀ, ਆਇਆ ਤਾਂ ਇੰਟੀਰੀਅਰ, ਦੋਨੋਂ ਸਾਈਡ 'ਤੇ ਬੈੱਡ ਲੱਗੇ ਹੋਏ, ਅਤੇ ਸੈਂਟਰ 'ਚ ਸਟੋਰੇਜ ਯੂਨਿਟ ਆ, ਫਿਰ ਦੋਨੋਂ ਸਾਈਡ 'ਤੇ ਬੈੱਡ ਹੈ ਇਹਦੇ, ਅਤੇ ਆਹ ਇੱਧਰ ਇਹਦੇ ਲਿਵਿੰਗ ਏਰੀਆ, ਸੋਫਾ ਵਗੈਰਾ ਲੱਗੇ ਹੋਏ, ਇੱਧਰ ਕਿਚਨ, ਮਾਈਕ੍ਰੋਵੇਵ, ਆਹ ਫਰਿੱਜ ਹੈ ਇਹਦੀ, ਆ ਗਿਆ ਵਾਸ਼ਰੂਮ, ਹਾਂ ਸਾਰਾ ਫਰਨੀਚਰ ਇਹਦਾ, ਤੁਸੀਂ ਇਹ 'ਚ ਕੋਈ ਵੀ ਆਪਸ਼ਨ ਲੈ ਸਕਦੇ ਹੋ ਹੋਰ ਵੀ। ਸੋ ਹਾਂਜੀ, ਆਪਣੀ ਅਗਲੀ ਆਰ ਵੀ ਹੈਗੀ ਆ ਸਪੋਰਟਸਮੈਨ ਦੀ, ਅਤੇ ਆਹ ਇਹਦਾ ਬਾਹਰੋਂ ਲੁੱਕ ਹੈ, ਅਤੇ ਆਹ ਇਹਦਾ ਪ੍ਰਾਈਜ਼ ਹੈ, ਪ੍ਰਾਈਜ਼ ਅਤੇ ਇੰਟੀਰੀਅਰ ਦੱਸਿਆ ਹੋਇਆ ਸਾਰਾ। ਅਤੇ ਆਹ ਉੱਪਰ ਜਿਹੜਾ ਰੋਲ ਜਿਹਾ ਲੱਗਿਆ ਹੋਇਆ, ਇਹ ਬਾਹਰ ਆ ਜਾਂਦਾ, ਅਤੇ ਇੱਕ ਜਿਵੇਂ ਛੱਤ ਵਾਂਗੂ ਬਣ ਜਾਂਦਾ ਪੂਰਾ। ਸੋ ਆ ਗਿਆ ਇਹਦਾ ਬੈੱਡਰੂਮ, ਅਤੇ ਇੱਧਰ ਲਿਵਿੰਗ ਏਰੀਆ, ਅਤੇ ਸੋਫੇ ਲੱਗੇ ਹੋਏ ਆ, ਇੱਧਰ ਨੀਚੇ ਓਵਨ ਹੈ, ਅਤੇ ਨਾਲ ਅਲਮੀਰਾ ਸਟੋਰੇਜ ਯੂਨਿਟ, ਅਤੇ ਆਹ ਕਿਚਨ ਹੈ ਇਹਦੀ, ਕਾਫੀ ਖੁੱਲ੍ਹੀ ਅੰਦਰੋਂ ਇਹ। ਅਤੇ ਇੱਧਰ ਇਹਦਾ ਜਿਹੜਾ ਸਾਰਾ ਲਾਈਟਸ ਵਾਲਾ ਸੈਟਅਪ, ਸਾਰੇ ਸਵਿੱਚ ਲਾਈਟਸ ਦੇ, ਕਾਫੀ ਖੁੱਲ੍ਹੀ ਹੈ। ਸੋ ਹਾਂਜੀ, ਇਹ ਆਪਣੀ ਨੈਕਸਟ ਆਰ ਵੀ। ਹਾਂ, ਇਹਦਾ ਪ੍ਰਾਈਜ਼ ਅਤੇ ਇੰਟੀਰੀਅਰ, ਅਤੇ ਇਹਦੇ ਵਿੱਚ ਕਾਫੀ ਇੰਟੀਰੀਅਰ ਦੇ ਆਪਸ਼ਨ ਨੇ, ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ, ਕਾਫੀ ਜ਼ਿਆਦਾ ਆਪਸ਼ਨ ਨੇ ਇਹਦੇ ਵਿੱਚ। ਇਹਦੇ ਵਿੱਚ ਵੀ ਸੇਮ ਉਵੇਂ ਜਿਵੇਂ ਉੱਪਰੋਂ ਟੈਂਟ ਜਿਵੇਂ ਬਾਹਰ ਆ ਜਾਂਦਾ, ਤੁਸੀਂ ਛੱਤ ਬਣਾ ਸਕਦੇ ਹੋ ਕਿਤੇ ਵੀ। ਸੋ ਹਾਂਜੀ, ਆ ਰਿਹਾ ਇਹਦਾ ਬੈੱਡਰੂਮ, ਇਸ ਸਾਈਡ 'ਤੇ ਬੈੱਡ ਲੱਗਿਆ ਹੋਇਆ, ਅਤੇ ਇੱਧਰ ਹੈਗੇ ਇਹਦੇ ਸੋਫੇ, ਵਿੱਚ ਕਿਚਨ ਆ ਗਈ, ਅਤੇ ਫਰਿੱਜ ਦੇ ਉੱਪਰ ਮਾਈਕ੍ਰੋਵੇਵ ਪਿਆ, ਸੋ ਹਾਂਜੀ ਆ ਗਿਆ ਇਹਦਾ ਵਾਸ਼ਰੂਮ, ਇੱਧਰ ਫਿਰ ਲਿਵਿੰਗ ਏਰੀਆ, ਅਤੇ ਆ ਉੱਪਰ ਸਟੋਰੇਜ, ਸੋ ਆਹ ਇਹਦੇ ਸਾਰੇ ਸਵਿੱਚ ਆ ਲਾਈਟਿੰਗ ਵਾਲੇ, ਅਤੇ ਆਹ ਰੇਡੀਓ ਸਿਸਟਮ ਲੱਗਿਆ ਹੋਇਆ, ਇਹ ਵੀ ਕਾਫੀ ਖੁੱਲ੍ਹੀ ਆ। ਸੋ ਹਾਂਜੀ, ਨੈਕਸਟ ਆਪਣਾ ਰੈੱਡ ਹੋਕ ਦਾ ਟਰੱਕ, ਇਹਦੇ ਮੂਹਰੇ ਫੋਰਡ ਦਾ ਜਿਵੇਂ ਮੇਰੇ ਕੱਲ E450 ਟਰੱਕ ਲਾਇਆ ਹੋਇਆ, ਅਤੇ ਆਹ ਡਰਾਈਵਿੰਗ ਏਰੀਆ ਸਾਰਾ, ਪਿੱਛੇ ਇਹਦੇ ਸਾਰਾ ਕੈਬਿਨ ਬਣਾਇਆ ਹੋਇਆ ਇਹਨਾਂ ਨੇ।
ਆਇਆ ਦੀ ਬੈਕ ਸਾਈਡ ਤੇ ਆ ਹੋਇਆ ਤਾਂ ਇੰਟੀਰੀਅਰ ਹੁਣ ਆਪਾਂ ਅੰਦਰੋਂ ਦੇਖਦੇ ਹਾਂ ਸੋ ਆ ਹੋਇਆ ਤਾਂ ਲਿਵਿੰਗ ਏਰੀਆ ਕਾਫੀ ਖੁੱਲ੍ਹਾ ਹੈ ਵੀ ਸੋ ਹਾਂਜੀ ਆ ਹੋਇਆ ਤਾਂ ਬੈਡਰੂਮ ਅਤੇ ਨਾਲ ਹੀ ਇੱਧਰ ਵਾਸ਼ਰੂਮ ਹੈ ਇਹ ਵੀ ਕਾਫੀ ਖੁੱਲ੍ਹਾ ਅਤੇ ਇੱਧਰਲੀ ਸਾਈਡ ਆ ਸਟੋਰੇਜ ਆ ਅਤੇ ਆ ਲਿਵਿੰਗ ਏਰੀਆ ਅਤੇ ਆ ਇਹਦੀ ਕਿਚਨ ਅਤੇ ਆ ਇੱਕ ਉੱਪਰੀ ਬੈੱਡ ਲੱਗਿਆ ਹੋਇਆ ਅਤੇ ਨਾਲ ਟੀ ਵੀ ਲੱਗਿਆ ਹੋਇਆ ਸੋ ਹਾਂਜੀ ਆ ਆਪਣੀ ਨੈਕਸਟ ਆਰ ਵੀ ਆ ਇਹਦਾ ਪ੍ਰਾਈਜ਼ ਹੈ ਅਤੇ ਬ੍ਰੈਂਡ ਹੈਗਾ ਇਹਦਾ ਐਵੇਂਜਰ ਅਤੇ ਮਾਡਲ ਹੈਗਾ ਇਹ ਐਲ ਟੀ ਆ ਇਹਦੀ ਲੁੱਕ ਬਾਹਰੋਂ ਅਤੇ ਆ ਫਰੰਟ ਤੋਂ ਜਿੱਥੇ ਇਹਨੇ ਹੁੱਕ ਹੋਣਾ ਸੋ ਹਾਂਜੀ ਆ ਇਹਦਾ ਲਿਵਿੰਗ ਏਰੀਆ ਅਤੇ ਇੱਧਰ ਮਾਈਕਰੋਵੇਵ ਲੱਗਿਆ ਹੋਇਆ ਨਾਲ ਕਿਚਨ ਛੋਟੀ ਜੀ ਜਿਹੜਾ ਇਹ ਇੰਨੀ ਖੁੱਲ੍ਹੀ ਨਹੀਂ ਹੈਗੀ ਅਤੇ ਆ ਨਾਲ ਹੀ ਬੈੱਡ ਲਾਇਆ ਹੋਇਆ ਇਹਨਾਂ ਨੇ ਪਿੱਛੇ ਅਤੇ ਇੱਧਰ ਵਾਸ਼ਰੂਮ ਇੱਧਰ ਬੈੱਡ ਲੱਗਿਆ ਹੋਇਆ ਉੱਪਰ ਸਟੋਰੇਜ ਆ ਸੋ ਹਾਂਜੀ ਨੈਕਸਟ ਆਪਣੇ ਕੋਲ ਰੈਮ ਦੀ ਵੈਨ ਇਹ ਵੈਨ ਦੇ ਵਿੱਚ ਇਹਨਾਂ ਨੇ ਬਣਾਇਆ ਹੋਇਆ ਸਾਰਾ ਅਤੇ ਆ ਇਹਦੀ ਬਾਹਰੋਂ ਲੁੱਕ ਅਤੇ ਆ ਇਹਦਾ ਇੰਟੀਰੀਅਰ ਅਤੇ ਇਹਦੇ ਉੱਪਰ ਵੀ ਇੱਕ ਹਾਊਸ ਜਿਹਾ ਬਣਾਇਆ ਹੋਇਆ ਇਹਨਾਂ ਨੇ ਛੋਟੇ ਬੱਚਿਆਂ ਵਾਸਤੇ ਪੂਰੀ ਛੱਤ ਲਿਫਟ ਹੋ ਜਾਂਦੀ ਹੈ ਇਹਦੇ ਉੱਪਰ ਨੂੰ ਅਤੇ ਆ ਇਹਦਾ ਇੰਟੀਰੀਅਰ ਇੱਧਰ ਸਾਈਡ 'ਤੇ ਕਿਚਨ ਬੈਕ ਸਾਈਡ ਤੋਂ ਐਂਟਰੈਂਸ ਹੈ ਮੂਹਰੋਂ ਵੀ ਹੈਗੀ ਵੈਸੇ ਆ ਕਿਚਨ ਇੱਧਰ ਮਾਈਕਰੋਵੇਵ ਅਤੇ ਇੱਧਰ ਬੈੱਡ ਇੱਕ ਛੋਟਾ ਜਿਹਾ ਆ ਬੈੱਡ ਖੁੱਲ੍ਹ ਕੇ ਡਬਲ ਬੈੱਡ ਬਣ ਜਾਂਦਾ ਸੋ ਹਾਂਜੀ ਇਹ ਆਪਣੀ ਨੈਕਸਟ ਆਰ ਵੀ ਇਹ ਵੀ ਕਾਫੀ ਵੱਡੀ ਹੈ ਇਹਦਾ ਪ੍ਰਾਈਜ਼ ਕਰੀਬ 2 ਲੱਖ ਦੇ ਆ ਇਹ ਥੋੜ੍ਹੀ ਜਿਹੀ ਓਲਡ ਸਟਾਈਲ ਹੈ ਜਿਵੇਂ ਟ੍ਰੇਨ ਦਾ ਡੱਬਾ ਹੁੰਦਾ ਆ ਇਹਦੀ ਬੈਕ ਸਾਈਡ ਉੱਪਰ ਕੈਮਰਾ ਲੱਗਿਆ ਹੋਇਆ ਸੋ ਆ ਇਹਦਾ ਬੈੱਡਰੂਮ ਅਤੇ ਇੱਧਰ ਟੀ ਵੀ ਲੱਗਿਆ ਹੋਇਆ ਬੈੱਡਰੂਮ ਦੇ ਵਿੱਚ ਇੱਕ ਆ ਕਿਚਨ ਹੈ ਇਹਦੀ ਉੱਪਰ ਸਟੋਰੇਜ ਅਤੇ ਇੱਧਰ ਨਾਲ ਹੀ ਲਿਵਿੰਗ ਏਰੀਆ ਸਾਰਾ ਇੱਧਰ ਵੀ ਟੀ ਵੀ ਲੱਗਿਆ ਹੋਇਆ ਇੱਕ ਅਤੇ ਆ ਫਰਿੱਜ ਆ ਨਾਲ ਫੇਅਰ ਸਟੋਰੇਜ ਅਤੇ ਆ ਇਹਦਾ ਵਾਸ਼ਰੂਮ ਸੋ ਹਾਂਜੀ ਨੈਕਸਟ ਆਪਣੇ ਕੋਲ ਇੱਕ ਮਰਸਡੀਜ਼ ਦੀ ਵੈਨ ਇਹਨੂੰ ਤਿਆਰ ਕੀਤਾ ਸਨਸੀਕਰ ਕੰਪਨੀ ਨੇ ਇਹਦਾ ਪ੍ਰਾਈਜ਼ ਵੀ 2 ਲੱਖ ਦੇ ਕਰੀਬ ਹੈ ਅਤੇ ਇਹਦੀ ਬਾਹਰੋਂ ਲੁੱਕ ਹੈ ਸਾਰੀ ਅਤੇ ਆ ਫਰੰਟ ਤੋਂ ਇੱਦਾਂ ਦੀ ਵੈਨ ਵਾਂਗੂ ਹੈ ਇਹ ਸੋ ਆ ਇਹਦਾ ਇੰਟੀਰੀਅਰ ਇਹਦੇ ਵਿੱਚ ਆ ਸੀਟਸ ਪਿੱਛੇ ਨੂੰ ਟਰਨ ਹੋ ਜਾਂਦੀਆਂ ਅਤੇ ਇੱਧਰ ਸੋਫਾ ਲੱਗਿਆ ਹੋਇਆ ਆ ਸੋਫੇ ਦਾ ਹੀ ਬੈੱਡ ਬਣਦਾ ਹੋਊਗਾ ਇੱਧਰ ਪਿੱਛੇ ਵਾਸ਼ਰੂਮ ਹੈ ਇਹ ਵੀ ਕਾਫੀ ਖੁੱਲ੍ਹੀ ਆ ਅਤੇ ਇੱਧਰ ਟੀ ਵੀ ਅਤੇ ਸਟੋਰੇਜ ਨਾਲ ਫਰਿੱਜ ਅਤੇ ਕਿਚਨ ਇੱਧਰ ਇੱਕ ਹੋਰ ਟੀ ਵੀ ਸੋ ਹਾਂਜੀ ਆ ਆਪਣੀ ਨੈਕਸਟ ਆਰ ਵੀ ਇਸ ਆਰ ਵੀ ਨੂੰ 2 ਡੋਰ ਨੇ ਅਤੇ ਇੱਕ ਇਹਦੇ ਬਾਹਰਲੇ ਸਾਈਡ 'ਤੇ ਵੀ ਫਰਿੱਜ ਦਿੱਤਾ ਹੋਇਆ ਇਹਨਾਂ ਨੇ ਅਤੇ ਇਹਦੇ ਵੀ ਸਪੀਕਰਸ ਲੱਗੇ ਹੋਏ ਸਾਰੇ ਪਾਸੇ ਆ ਇਹਦਾ ਬੈੱਡਰੂਮ ਅਤੇ ਆ ਟੀ ਵੀ ਵਾਸਤੇ ਜਗ੍ਹਾ ਛੱਡੀ ਹੋਈ ਇਹਨਾਂ ਨੇ ਉੱਪਰ ਅਤੇ ਆ ਲਿਵਿੰਗ ਏਰੀਆ ਅਤੇ ਇੱਧਰ ਕਿਚਨ ਆ ਗਈ ਇਹਦੀ ਅਤੇ ਆ 2 ਬੈੱਡ ਦਿੱਤੇ ਹੋਏ ਨਾਲ
ਤੇ ਇੱਧਰ ਵਾਸ਼ਰੂਮ ਹੈ ਤੇ ਇੱਕ ਡੋਰ ਇੱਧਰੋਂ ਖੁੱਲਦਾ। ਹਾਂਜੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਅਤੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਬਾਕੀ ਇੱਦਾਂ ਦਾ ਬਹੁਤ ਸਾਰਾ ਕੰਟੈਂਟ ਆਨ ਦਾ ਵੇ ਆ। ਸੋ ਮਿਲਦੇ ਹਾਂ ਤੁਹਾਨੂੰ ਇੱਕ ਅਗਲੀ ਵੀਡੀਓ 'ਚ। ਥੈਂਕ ਯੂ, ਬਾਏ।